कोई भी सपना साकार करने के लिए सबसे जरूरी है सही कोच का होना चुनिए गिल्स मेंटली लर्निंग को और करे अपने ऑल पंजाब गवर्नमेंट एग्जाम का सपना साकार डाउनलोड दी एप नाउ ਇਕ ਤਰ੍ਹਾਂ ਦੀ ਸ਼ਾਰਟੇਜ ਹੈਗੀ 14000 ਟੀਚਰ ਦਾ ਡਾਟਾ ਹੈ ਵੀ ਪ੍ਰਾਈਵੇਟ ਪ੍ਰਾਇਮਰੀ ਸਕੂਲਾਂ ਚ ਘਾਟ ਹੈਗੀ ਹੈ ਡੈਟ ਇਜ਼ ਅ ਰੋਂਗ ਸਟੋਰੀ ਕਲੈਰିକਲ ਸਟਾਫ ਦੀ ਘਾਟ ਹੈ ਉਹ ਉਹ ਗਲਤ ਸਟੋਰੀ ਹੈ ਜੀ ਤੇ ਉਹ ਹੀ ਤਾਂ ਗੱਲ ਹੈ ਮੈਂ ਦੇਖਿਆ ਬੀਬਾ ਬਾਦਲ ਜੀ ਨੇ ਵੀ ਟਵੀਟ ਕੀਤਾ ਹਾਂ ਉਹ ਗਲਤ ਸਟੋਰੀ ਹੈ ਹਾਂ ਅੰਕੜੇ ਗਲਤ ਹੈ ਉਹ ਮੈਂ ਇਦਾਂ ਹੀ ਕੁਝ ਯੂਨੀਅਨਾਂ ਚੱਕ ਕੇ ਇਕੱਠਾ ਕਰਕੇ ਕਿਸੇ ਨੂੰ ਵੀ ਨਾ ਵੈਰੀਫਾਈ ਕਰਨਾ ਨਾ ਦੇਖਣਾ ਨਾ ਕੁਝ ਕਰਨਾ ਚੱਕ ਕੇ ਲਾ ਦਿਓ ਜੀ ਮੈਂ ਖੁਦ ਜੀ ਇਹ ਸਟੱਡੀ ਕੀਤੀ ਹੈ ਸਾਡੇ ਕੋਲ ਜਿਹੜੀ ਕੋਲ ਟੀਚਰਸ ਦੀ ਕਾਰਟ ਆ ਬੀਬਾਈ ਹਜ਼ਾਰ ਟੀਚਰਸ ਦੀ ਕਾਰਟ ਹੈ ਉਹਦੇ ਵਿੱਚ ਅਸੀਂ ਪ੍ਰਾਇਮਰੀ ਕਾਰਡਰ ਦੇ ਵਿੱਚ ਇਨ ਰਿਚ ਹੈ ਵਰਗਾ ਤੇ ਉਮੀਦ ਹੈ ਕਿ ਅਸੀਂ ਮਹੀਨੇ ਉਸ ਨੂੰ ਕਰਦੇ 1 ਸਵਾਲ ਹੋਰ ਮੰਤਰੀ ਸਾਹਿਬ ਤੁਹਾਡੇ ਕੋਲ ਪੋਸਟਾਂ ਕਿੰਨੀਆਂ ਖਾਲੀ ਆ ਆਉਣ ਵਾਲੇ 4 ਸਾਲਾਂ ਵਿੱਚ ਤੁਸੀਂ ਕਿੰਨੀਆਂ ਕੋ ਭਰਤੀਆਂ ਕੱਢਣੀਆਂ ਨਾਲ ਇੱਕ ਹੋਰ ਸਪਲੀਮੈਂਟਰੀ ਸਵਾਲ ਵੀ ਆ ਕਿ ਜੇ ਤੁਸੀਂ ਟੀਚਰ ਰੱਖਣਾ ਹੀ ਨਹੀਂ ਫਿਰ ਬੀਐਡ ਬੰਦ ਕਿਉਂ ਨਹੀਂ ਕਰਵਾ ਦਿੰਦੇ ਕਿਉਂਕਿ ਬੰਦਾ ਜਿਹੜਾ ਸਕਿੱਲ ਬੇਸਡ ਡਿਗਰੀ ਕਰਦਾ ਨਾ ਜੀ ਉਹ ਤੁਹਾਡਾ ਫਿਰ ਮਾਫ ਕਰਿਓ ਉਹ ਤੁਹਾਡਾ ਗੈਸਟ ਬਣ ਕੇ ਬਹਿ ਜਾਂਦਾ ਵੀ ਲਓ ਜੀ ਮੈਨੂੰ ਰੱਖੋ ਮੈਂ ਤਾਂ ਬੀਐਡ ਕੀਤੀ ਹੈ ਤੇ ਇਹ ਸੋਦੀ ਸਾਹਿਬ ਤੁਹਾਡਾ ਸਵਾਲ ਠੀਕ ਹੈ ਇਹ ਸਵਾਲ ਦਾ ਮੈਂ ਇਹਦਾ ਕੁਛ ਨਾ ਕੁਛ ਮੈਂ ਇਹ ਵੀ ਸਮਝ ਮੈਂ ਟੈਕਨੀਕਲ এডੂਕੇਸ਼ਨ ਵੀ ਮੇਰੇ ਕੋਲ ਹੈ ਹਾਂਜੀ ਆਈਟੀਐਸ ਵੀ ਹੀ ਹਾਲ ਹੈ ਇਹੀ ਹਾਲ ਹੈ ਜੀ ਕੋਈ ਬੀਟੈਕ ਕਰਕੇ ਮੈਂ ਜਦੋਂ ਹੁਣ ਇਸ ਵਾਰ ਵੀ ਕਿਹਾ ਕਿ ਦੇਖੋ ਤੁਸੀਂ ਜਦੋਂ ਕਿਸੇ ਬੰਦੇ ਨੂੰ ਤੁਸੀਂ ਖਾਸ ਕਰਕੇ ਡਿਪਲੋਮਾ ਕੋਰਸਿਸ ਡਿਪਲੋਮਾ ਕੋਰਸਿਸ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਉਹਨੂੰ ਸਕਿੱਲ ਦੇ ਰਹੇ ਹੋ ਆਈਟੀਐਸ ਦਾ ਮਤਲਬ ਹੈ ਕਿ ਤੁਸੀਂ ਸਕਿੱਲ ਦੇ ਰਹੇ ਹੋ ਵੀ ਹਾਂ ਤੂੰ ਆ ਫਿਟਰ ਬਣ ਜਾ ਤੈਨੂੰ ਆ ਨੌਕਰੀ ਦੇ ਮੰ ਮਿਲ ਜੂਗੀ ਮੈਂ ਕਹੇਆਏ ਤੁਸੀਂ ਨੌਕਰੀ ਨਹੀਂ ਦੇ ਪਾਰੇ ਇਹਦਾ ਮਤਲਬ ਤੁਸੀਂ ਪੰਜਾਬ ਦੇ ਵਿੱਚ ਇੱਕ ਨਵੀਂ ਪਰੇਸ਼ਾਨੀ ਖੜਾ ਕਰ ਰਹੇ ਹੋ ਤੁਸੀਂ ਬੇਰੋਜ਼ਗਾਰ ਫਾਇਦਾ ਕਰ ਰਹੇ ਆ ਫਾਇਦਾ ਕਰ ਰਹੇ ਆ ਆਪ ਵੀ ਫਾਇਦਾ ਕਰ ਰਹੇ ਆ ਕਰ ਰਹੇ ਤੁਸੀਂ ਤੁਹਾਡੀ ਆਈਟੀਆਈਸ ਤੁਹਾਡੇ ਇੰਸਟੀਟਿਊਟਸ ਥੇਅਰ ਬਿਕਮਿੰਗ ਅ ਫੈਕਟਰੀ ਜਿਸ ਫੈਕਟਰੀ ਚ ਬੇਰੋਜ਼ਗਾਰ ਬਣ ਕੇ ਬਾਹਰ ਨਿਕਲ ਜੀ ਬੀਏ ਵਾਲਾ ਤੇ ਬੀਟੈਕ ਵਾਲਾ ਚਾਹੀਦਾ ਹੀ ਨਹੀਂ ਫਿਰ ਉਹ ਕਰਵਾਈ ਕਿਉਂ ਜਾਣੀ ਜੀ ਦੋ ਦੋ ਪਹਿਲੂ ਨੇ ਜਿਹੜਾ ਤਾਂ ਸਿੱਖਿਆ ਵਿਭਾਗ ਮੈਂ ਹਾਲ ਹੈ ਉਹਦੇ ਵਿੱਚ ਸੇਮ ਮਾਨਸਬ ਦੇ ਇਨਸਟਰਕਸ਼ਨਸ ਜਿਵੇਂ ਆਪਾਂ ਪੰਜਾਬ ਪੁਲਿਸ ਕੀਤਾ ਕਿ ਪਤਾ ਹੈ ਕਿ ਹਰ ਸਾਲ ਇੰਨੇ ਮਲਾਜਮ ਰਿਟਾਇਰ ਹੋਣੇ ਆ ਇੰਨਿਆਂ ਦੀ ਆਪਾਂ ਲੋਡ ਪੈਣੀ ਆ ਇਹਨਾਂ ਦਾ ਪੇਪਰ ਜਿਹੜਾ ਐਡ ਇਸ ਤਰੀਕ ਨਿਕਲਿਆ ਕਰੂਗੀ ਐਗਜ਼ਾਮ ਵੀ ਤੋਂ ਹੋਇਆ ਕਰੂਗਾ ਕਾਉਂਸਲਿੰਗ ਵੀ ਤੋਂ ਹੋਇਆ ਕਰੂ ਐਦਾਂ ਹੀ ਅਸੀਂ ਅਗਲੇ ਡੇਢ ਦੋ ਮਹੀਨੇ ਚ ਜਾਰੀ ਕਰਤਾਗੇ ਕਿ ਹਰ ਸਾਲ ਪਹਿਲਾਂ ਤਾਂ ਇੰਨੇ ਸ਼ਾਰਟੇਜ ਆਫ ਟੀਚਰਸ ਹੈ ਉਸੇ ਹਰ ਸਾਲ ਦਿਸ ਇਜ਼ ਦਾ ਰਿਟਾਇਰਮੈਂਟਰੀ ਬਿਲਕੁਲ ਸਹੀ ਗੱਲ ਐਨੇ ਬੱਚੇ ਵਧਦੇ ਜਿਵੇਂ ਇਸ ਵਾਰ ਹੀ ਵਧੇ ਨੇ ਐਨੇ ਬੱਚੇ ਵਧਨ ਨਾਲ ਇੰਨੀਆਂ ਪੋਸਟਾਂ ਦੀ ਲੋੜ ਵੀ ਇੱਕ ਲੌਂਗ ਟਰਮ ਡਿਮਾਂਡ ਕ੍ਰੇਟ ਹੋ ਜੂਗੀ 10 ਸਾਲ ਦਾ ਪਲਾਨ ਕਿ ਅਗਲੇ 10 ਸਾਲ ਚ ਕਿੰਨੇ ਟੀਚਰਜ਼ ਦੀ ਲੋੜ ਪੈਣੀ ਐ ਇੰਨੀਆਂ ਦੀ ਰਿਟਾਇਰਮੈਂਟ ਐ ਕਿ ਹਰ ਸਾਲ ਇੰਨੀ ਨਹੀਂ ਭਰਤੀ ਆਉਂਦੀ ਰਹੂਗੀ ਹੁਣ ਕੀ ਭਰਤੀਆਂ ਆਉਂਦੀਆਂ ਚਾਰ-ਚਾਰ ਪੰਜ-ਪੰਜ ਸਾਲ ਬਾਅਦ ਐ ਫਿਰ ਉਹਦੇ ਵਿੱਚ ਨੰਬਰ ਬਹੁਤ ਵੱਜ ਜਾਂਦਾ ਤੇ ਕੋਈ ਨਾ ਕੋਈ ਦਿੱਕਤ ਪੈ ਗਈ ਤਾਂ ਭਰਤੀ ਫਸ ਗਈ ਜੀ ਜੇ ਹਰ ਸਾਲ ਆਉਗੀ ਬਾਈ ਚਾਂਸ ਕਿਸੇ ਦੇ ਵਿੱਚ ਕੋਈ ਲੀਗਲ ਕਿਉਂ ਨਾ ਵੀ ਹੁਣ ਤਾਂ ਹੀ ਨੌਜਵਾਨਾਂ ਚ ਇੰਨਾ ਗੁੱਸਾ ਨਾ ਪਤਾ ਹੈ ਉਹਨਾਂ ਨੂੰ ਡਰ ਹੁੰਦਾ ਕਿ ਯਾਰ ਇਹ ਭਰਤੀ ਜੇ ਰਹਿ ਗਈ ਪਤਾ ਨਹੀਂ ਦੁਬਾਰਾ ਕਦੀ ਆਏ ਜਨਾ ਬਿਲਕੁਲ ਉਹ ਵੀ ਆਪਣੀ ਜਗ੍ਹਾ ਸੱਚੇ ਨਹੀਂ ਜੋ ਤੱਕ ਮੇਰੀ ਜਾਣਕਾਰੀ ਹੈ ਤੁਸੀਂ ਦੋ ਕਮਿਟਮੈਂਟਸ ਕੀਤੀਆਂ ਸੀ ਇੱਕ ਤਾਂ ਬਦਲੀ ਦਾ ਸਟੇ ਤੁਸੀਂ ਕਿਹਾ ਸੀ ਵੀ ਘੱਟੋ-ਘੱਟ 1 ਸਾਲ ਰਹੇਗਾ ਦੂਸਰਾ ਸੀਗਾ ਪਰਮਿਸ਼ਨ ਪੀਰੀਅਡ 3 ਸਾਲ ਤੋਂ ਘਟਾ ਕੇ ਤੇ ਸਾਲ ਕਰ ਦਿਓਗੇ ਮੇਰੇ ਖਿਆਲ ਦੋਨੋਂ ਨਹੀਂ ਤੁਹਾਨੂੰ ਇਹ ਦੋਨੋਂ ਤੁਹਾਨੂੰ ਕਮੈਂਟ ਆਏ ਨੇ ਜੀ ਇਹ ਦੋਨੋਂ ਗਲਤ ਹੈ ਦੋਨੋਂ ਗਲਤ ਹੈ ਦੇਖੋ ਕੁਝ ਚੀਜ਼ਾਂ ਸਾਨੂੰ ਟੀਚਰਸ ਨੂੰ ਵੀ ਸਮਝਣੀਆਂ ਪੈਣੀਆਂ ਇੱਕ ਤਾਂ ਜਦੋਂ ਤਾਂ ਨੌਕਰੀ ਲੈਣੀ ਹੈ ਉਦੋਂ ਜਿੱਥੇ ਮਰਜ਼ੀ ਤੇ ਜਦੋਂ ਨੌਕਰੀ ਮਿਲ ਜਾਂਦੀ ਉਸ ਤੋਂ ਬਾਅਦ ਜਦੀ ਬਤ ਦੇਖੋ ਅਸੀਂ ਤੁਹਾਨੂੰ ਲੈ ਰਹੇ ਹਾਂ ਕਿਉਂਕਿ ਸ਼ਾਰਟ ਹੈ ਪੰਜਾਬ ਦੇ ਜੀ ਮੈਂ ਹੁਣ ਇੱਕ ਸਕੂਲ ਚ ਗਿਆ ਸੀ ਜੀ ਤਰਨਤਾਰਨ ਦੇ ਬਿਲਕੁਲ ਬਾਰਡਰ ਦੇ ਸਕੂਲ ਹੈ ਐਂ ਜ਼ੀਰੋ ਜਿੱਥੇ ਯਾਨੀ ਬਿਲਕੁਲ ਤਾਰ ਲੱਗੀ ਹੈ ਸਾਹਮਣੇ ਪਾਕਿਸਤਾਨ ਵੀ ਦਿਸਦਾ ਜੀ ਖੇਮ ਕਰਨ ਦੇ ਵਿੱਚ ਮੈਂ ਪਿੰਡ ਦਾ ਨਾਮ ਭੁੱਲ ਰਿਹਾ ਤੇ ਸ਼ਾਇਦ ਰਾਜੋਕੇ ਹੈ ਤੇ ਉੱਥੇ ਮੁੰਡਾ ਜਿਹੜਾ ਪੜਾ ਰਿਹਾ ਸੀ ਸਿੰਗਲ ਟੀਚਰ ਆਇਆ ਨਵਾਂ ਟੀਚਰ ਆਇਆ ਚਾਰਟਪੇਂਟਿਚ ਜਿਹੜੀ ਨਵੀਂ ਭਰਤੀ ਹੋਈ 8-7 'ਚ ਉਸ ਦਿਨ ਮੈਂ ਕਾਸ਼ ਥੈਂਗਾ ਉਹ ਆਇਆ ਜੀ ਫਾਜ਼ਿਲ ਖਾਨ ਤੋਂ ਤੇ ਉਹ ਫਾਜ਼ਿਲਕਾ ਤੋਂ ਉੱਥੇ ਆ ਕੇ ਪੜਾ ਰਿਹਾ ਕਹਿੰਦਾ ਜੀ ਮੈਂ ਉੱਥੇ ਰਹਿੰਦਾ ਖੇਮਕਰਨ ਸ਼ਹਿਰ 'ਚ ਰਹਿੰਦਾ 15 ਕਿਲੋਮੀਟਰ ਦੂਰ ਆ ਤੂੰ ਪੂਰੇ ਸਕੂਲ ਹੁਣ ਸਕੂਲ ਦੇ ਵਿੱਚ ਮੈਂ ਅਸੀਂ ਦੋ ਨਵੇਂ ਕਮਰੇ ਬਹੁਤ ਸ਼ਾਨਦਾਰ ਬਣ ਜੂਗਾ ਅਗਲੇ ਡੇਢ ਦੋ ਮਹੀਨੇ 'ਚ ਅੱਜ ਤੋਂ ਉਹਦੀ ਹਾਲਤ ਖਸ ਤੇ ਕੰਮ ਚੱਲ ਰਿਹਾ ਉੱਥੇ ਪਰ ਇੱਕ ਟੀਚਰ ਨੇ ਉਸ ਸਾਰੇ ਪਿੰਡ ਦਾ ਜਿਹੜਾ ਸਰੂਪ ਬਦਲਤਾ ਉੱਥੇ ਬੱਚੇ ਵੀ ਡਬਲ ਹੋ ਗਏ ਹੁਣ ਅਗਰ ਅੱਜ ਉਹ ਆਕਾਸ਼ ਮੈਨੂੰ ਕਵੇ ਕਿ ਨਹੀਂ ਮੈਂ ਤਾਂ ਜੀ ਉੱਥੇ ਹੀ ਭੇਜ ਦੋ ਹਜੇ ਪਹਿਲੇ ਦੋ ਸਾਲ ਆ ਉਹਦੇ ਹੂੰ ਉਸ ਤੋਂ ਬਾਅਦ ਆਪਣਾ ਪ੍ਰੋਸੈਸ ਖੁੱਲਜੂਗਾ ਜਿਵੇਂ ਜਿਵੇਂ ਟਰਾਂਸਪੋਰਟ ਜਿਹੜੀ ਪਾਲਿਸੀ ਹੈ ਉਹ ਇਹਦੇ ਚ ਟਰਾਂਸਪੋਰਟ ਪਾਲਿਸੀ ਚ ਜਿਵੇਂ ਜਿਵੇਂ ਦੀ ਸਰਵਿਸ ਹੋਈ ਜਾਊਗੀ ਉਹ ਆਪਣੇ ਘਰ ਦੇ ਨੇੜੇ ਆਂਦਾ ਰਹੋ ਅੱਜ ਜੇਕਰ ਮੈਂ ਹੁਣ ਭਰਤੀ ਤੋਂ ਸਕੂਲ ਲਈ ਕੀਤਾ ਸੀ ਹੁਣ ਉਦੀ ਮੈਨੂੰ ਕੋਈ ਸਿਫਾਰਿਸ਼ ਲੈ ਕੇ ਆ ਜਾਵੇ ਸਹੂਲਤ ਵੇਖਣ ਲੱਗ ਫਿਰ ਉਹ ਉਹ ਪਿੰਡ ਵਾਲੇ ਕਿੱਥੇ ਜਾਣਗੇ ਮੈਂ ਕੁਆਲਿਟੀ ਆਫ ਐਜੂਕੇਸ਼ਨ ਤੇ ਫਿਰ ਇੱਕ ਸਵਾਲ ਕਰਨਾ ਚਾਹਣਾ ਮੈਂ ਮੰਤਰੀ ਸਾਹਿਬ ਮੈਂ ਉਦਾਹਰਨ ਦਿੰਦਾ ਮੇਰੀਆਂ ਦੋ ਬੇਟੀਆਂ ਦੋਨੋਂ ਪ੍ਰਾਈਵੇਟ ਸਕੂਲ ਚ ਪੜ੍ਹਦੀਆਂ ਔਰ ਜੇ ਮੈਂ ਗਲਤ ਨਾ ਹੋਵਾਂ ਤਾਂ ਆਪਣੇ ਵੱਲੋਂ ਮੈਂ ਪੂਰਾ ਤੜਕੇ ਜਲੰਧਰ ਦੇ ਚੰਗੇ ਸਕੂਲ ਚ ਪਾਈਆਂ ਦੋਨਾਂ ਨੂੰ ਮੈਨੂੰ ਟਿਊਸ਼ਨ ਭੇਜਣਾ ਪੈ ਰਿਹਾ ਪ੍ਰਾਈਵੇਟ ਵੀ ਸੁਭਾਵਕ ਹੈ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਵੀ ਮੰਤਰੀ ਹੋ ਕੁਆਲਿਟੀ ਆਫ ਐਜੂਕੇਸ਼ਨ ਬੈਂਸ ਸਾਹਿਬ ਜਦੋਂ ਤੁਸੀਂ ਜਾਂ ਮੈਂ ਪੜ੍ਹਦੇ ਸੀ ਸਾਨੂੰ ਟਿਊਸ਼ਨ ਰੱਖਣ ਦੀ ਲੋੜ ਨਹੀਂ ਪੈਂਦੀ ਸੀ ਅੱਜ ਕੀ ਕਾਰਨ ਹੈ ਕਿ ਜਿਹੜੇ ਸਕੂਲ ਆਪਣੇ ਆਪ ਨੂੰ ਬੜੇ ਧਾਕੜ ਸਕੂਲ ਸਾਦੇ ਆ ਉਹਨਾਂ ਦੇ ਨਿਆਣਿਆਂ ਨੂੰ ਵੀ ਟਿਊਸ਼ਨ ਰੱਖਣੀ ਪੈ ਰਹੀ ਨਹੀਂ ਮੈਂ ਉਹਦੇ ਵਿੱਚ ਥੋੜੀ ਸਾਹਿਬ ਥੋੜਾ ਜਿਹਾ ਡਿਫਰ ਕਰਦਾ ਹਾਂ ਉਹਦੇ ਵਿੱਚ ਨਾ এনਵਾਇਰਨਮੈਂਟ ਦੀ ਪ੍ਰੋਬਲ ਪਿਛਲੇ ਜਿਵੇਂ ਹੁਣ ਤੁਸੀਂ ਕਿਹਾ ਉਸ ਸਮੇਂ ਦੇ ਵਿੱਚ ਤੇ ਹੁਣ ਸਮੇਂ ਚ ਜਦੋਂ ਸਾਡੇ ਵਾਰੀ ਵੀ ਇੱਕ ਸਿਸਟਮ ਸ਼ੁਰੂ ਹੋ ਗਿਆ ਸੀਗਾ ਵਿੱਚੋਂ ਜੇ ਹੋ ਗਿਆ ਟ੍ਰੈਂਡ ਜਾਂ ਸ਼ੁਰੂ ਹੋ ਗਿਆ ਸੀ ਉਹ ਲਈ ਕੀ ਹੈ ਜੀ ਬੱਚਿਆਂ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਪਾਣ ਲੱਗੇ ਅਸੀਂ ਇੱਕ ਜਿਹੜਾ ਕਲਚਰ ਬਣਾ ਦਿੱਤਾ ਗਿਆ ਕਿ ਅੱਛਾ ਜੇ ਨਹੀਂ ਪੜੂਗੇ ਕੀ ਹੋਊਗਾ ਅਸੀਂ ਯਾਨੀ ਜਿਹੜਾ ਤੁਸੀਂ ਕੋ ਕਰਿਕੂਲਰ ਐਕਟੀਵਿਟੀਆਂ ਹੈ ਉਹ ਵੀ ਹੁਣ ਸਿਰਫ ਕੰਪੀਟੀਸ਼ਨ ਬੇਸਡ ਹੋ ਗਈਆਂ ਉਹ ਬੱਚੇ ਦੀ ਨਿਖਾਰਤਾ ਨਹੀਂ ਲੈ ਕੇ ਆਉਂਦੇ ਹੂੰ ਉਹ ਬਸ ਬੱਚਿਆਂ ਨੂੰ ਆਪਾਂ ਮਸ਼ੀਨ ਬਣਾਈ ਜਾ ਰਹੇ ਹਾਂ ਬੁੱਕਵਾਰਮਸ ਬਣਾ ਸਰ ਅਸੀਂ ਇਹਨੂੰ ਬੁੱਕਵਾਰਮਸ ਬਣਾ ਦੇ ਸੀ ਮਸ਼ੀਨ ਬਣਾ ਰਹੇ ਹਾਂ ਅੱਛਾ ਕਰ ਲੋਆ ਕਰ ਲੋਆ ਕਰ ਲੋਆ ਕਰ ਲੋਆ ਕਰ ਲੋ ਤਾਂ ਉਹਦੇ ਕਰਕੇ ਕਸੂਰ ਹੈ ਉਹਦੇ ਪ੍ਰੈਸ਼ਰ ਦੇ ਵਿੱਚ ਹੁਣ ਜਿਵੇਂ ਮਾਰਕਿੰਗ ਸਿਸਟਮ ਹੈ ਤੁਸੀਂ ਇਹ ਸੋਚੋ ਬੱਚਾ ਸਾਰਾ ਸਾਲ ਪੜਦਾ ਠੀਕ ਹੈ ਨਾ ਜੀ 365 ਦਿਨ ਤਕਰੀਬਨ 220 ਦਿਨ ਸਕੂਲ ਲੱਗਦਾ 220 ਦਿਨ ਦੇ ਘੰਟਿਆਂ ਨੂੰ ਕੈਲਕੂਲੇਟ ਕਰ ਲੋ ਉਸ ਵਕਤ ਘਰੇ ਪੜਦਾ ਹੋਗਾ ਉਸ ਆਮ ਕਿਸੇ ਕੋਈ ਟੀਵੀ ਦੇ ਵਿੱਚ ਕੋਈ ਕੰਮ ਦੀ ਗੱਲ ਸਿੱਖਦਾ ਹੋਊਗਾ ਕਿਤੇ ਹੋਰ ਉਦੋਂ ਜਿਹੜਾ ਆਪਾਂ ਟੈਸਟ ਲੈਂਦੇ ਆ ਉਹ 3 ਘੰਟਿਆਂ ਚ ਉਹਨੂੰ ਆਪਾਂ ਦੀ ਜ਼ਿੰਦਗੀ ਦਾ ਉਹਦੇ ਸਾਲ ਦਾ ਫੈਸਲਾ ਇਹ ਇਹ ਵੀ ਤਾਂ ਮਾੜੀ ਗੱਲ ਹੈ ਨਾ ਅਸੀਂ ਇੰਤੋਂ ਵੀ ਚਾਹੁੰਦੇ ਆ ਇਨ ਲੌਂਗ ਟਰਮ ਤੁਸੀਂ ਕਹੋਗੇ ਅਗਲੇ ਸਾਲ ਨਹੀਂ ਪਰ ਇਨ ਨੈਕਸਟ 2 3 ইয়ার্স ਬਾਅਦ ਇਦਾਂ ਨਹੀਂ ਹੁੰਦਾ ਬਾਅਦ ਹਰ 2 4 ਮਹੀਨੇ ਬਾਅਦ ਕੋਈ ਟੈਸਟ ਹੋਗੀ ਕਿ ਜਿਵੇਂ ਕਿ ਤੁਸੀਂ